ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਚੋਰ ਮਿੰਟਾਂ ਸਕਿੰਟਾਂ ਦੇ ਵਿੱਚ ਆਪਣਾ ਕੰਮ ਕਰਕੇ ਫਰਾਰ ਹੋ ਜਾਂਦੇ ਨੇ। ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਚੋਰਾਂ ਵੱਲੋਂ ਇੱਕ ਮੋਬਾਈਲ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਮਿੰਟਾਂ ਸਕਿੰਟਾਂ ਦੇ ਵਿੱਚ ਦੁਕਾਨ ਦਾ ਸ਼ਟਰ ਚੁੱਕਿਆ ਗਿਆ ਤੇ ਦੁਕਾਨ ਦਾ ਸ਼ੀਸ਼ਾ ਤੋੜ ਕੇ ਅੰਦਰ ਵੜੇ ਤੇ ਦੁਕਾਨ ਦੇ ਅੰਦਰੋਂ ਮੋਬਾਈਲ ਫੋਨ ਤੇ ਹੋਰ ਅਸੈਸਰੀ ਦਾ ਸਮਾਨ ਚੁੱਕ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਇਹ ਸਾਰੀ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਿੰਨ ਚੋਰ ਆਉਂਦੇ ਨੇ ਜੋ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਅਤੇ ਦੁਕਾਨ ਦਾ ਸ਼ਟਰ ਮਿੰਟਾਂ ਸਕਿੰਟਾਂ ਦੇ ਵਿੱਚ ਚੁੱਕ ਦਿੰਦੇ ਨੇ ਤੇ ਦੁਕਾਨ ਦਾ ਸ਼ੀਸ਼ਾ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ। ਚੋਰਾਂ ਨੇ ਦੁਕਾਨ ਦੇ ਅੰਦਰ ਪਏ ਫੋਨਾਂ ਅਤੇ ਕੁਝ ਅਸੈਸਰੀ ਨੂੰ ਚੋਰੀ ਕੀਤਾ ਤੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਦੇ ਮੁਤਾਬਿਕ ਚੋਰਾਂ ਨੇ ਉਸਦਾ ਤਕਰੀਬਨ 20-25 ਲੱਖ ਰੁਪਏ ਦਾ ਨੁਕਸਾਨ ਕੀਤਾ। ਹਾਲਾਂਕਿ ਇਸ ਸਾਰੀ ਵਾਰਦਾਤ ਦੇ ਦੌਰਾਨ ਕਿਸੇ ਵਿਅਕਤੀ ਵੱਲੋਂ ਇਹਨਾਂ ਚੋਰਾਂ ਨੂੰ ਵੇਖ ਵੀ ਲਿਆ ਜਾਂਦਾ ਹੈ, ਪਰ ਇਹ ਚੋਰ ਉਸ ਸ਼ਖਸ ਨੂੰ ਪਿਸਤੌਲ ਦਿਖਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਚੋਰੀ ਦੀ ਇਹ ਘਟਨਾ ਫਿਰੋਜ਼ਪੁਰ ਦੇ ਚੁੰਗੀ ਖਾਨਾ ਰੋਡ ਬੇਰੀ ਮਹੱਲਾ ਦੇ ਕੋਲ ਵਾਪਰੀ ਹੈ। ਫਿਲਹਾਲ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਚੋਰਾਂ ਦੀ ਭਾਲ ਦੇ ਵਿੱਚ ਜੁਟ ਗਈ ਹੈ ਅਤੇ ਪੀੜਤ ਦੁਕਾਨਦਾਰ ਨੂੰ ਭਰੋਸਾ ਦਿੱਤਾ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉੱਥੇ ਪੀੜਤ ਦੁਕਾਨਦਾਰ ਨੇ ਚੋਰਾਂ ਨੂੰ ਜਲਦੀ ਫੜਨ ਦੀ ਗੁਹਾਰ ਲਗਾਈ ਹੈ ਤਾਂ ਜੋ ਉਸਨੂੰ ਉਸਦਾ ਚੋਰੀ ਹੋਇਆ ਸਮਾਨ ਵਾਪਸ ਮਿਲ ਸਕਿਆ ਤੇ ਚੋਰਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ। ਰਾਤੀ ਤਕਰੀਬਨ ਕੋਈ 11:30 ਵਜੇ ਚੋਰ ਦੁਕਾਨ ਦਾ ਸ਼ਟਰ ਤੋੜ ਕੇ, ਸ਼ੀਸ਼ੇ ਵਾਲਾ ਗੇਟ ਲੱਗਿਆ ਸੀ ਤੋੜ ਕੇ, ਸਾਰੇ ਮੋਬਾਈਲ ਪਏ ਸੀ ਆਪਣੇ, ਜਿਨ੍ਹਾਂ ਦੇ ਸਾਡੇ ਕੋਲ ਸਾਰੇ IMEI ਨੰਬਰ, ਡੱਬੇ, ਬੋਕਸ ਸਭ ਕੁਛ ਸਾਡੇ ਕੋਲ ਅਵੇਲੇਬਲ ਹੈ। ਤਕਰੀਬਨ ਕੋਈ 25 ਮੋਬਾਈਲ ਹੈਗੇ ਨੇ, ਨਾਲ 70-80 ਆਦਮੀ ਹੈਗਾ ਜੀ, ਉਹ ਲੈ ਗਏ ਜੀ। ਪੁਲਿਸ ਆਈ ਹੈ ਪਰ ਰਾਤ ਇਹਨਾਂ ਨੇ ਜਵਾਬ ਦੇ ਦਿੱਤਾ ਸਾਨੂੰ, ਕਹਿੰਦੇ ਜੀ ਜੋ ਹੋਣਾ ਸੀ ਹੋ ਗਿਆ, ਹੁਣ ਅਸੀਂ ਕੀ ਲੈਣਾ ਦੇਣਾ, ਤੁਸੀਂ ਆਓ ਥਾਣੇ ਆਓ, ਦੋ ਜਣੇ ਜਾ ਕੇ ਰਿਪੋਰਟ ਲਿਖਾ ਦਿਓ, ਬਸ ਕੋਈ ਸਾਡਾ ਕੋਈ ਲੈਣਾ ਦੇਣਾ ਨਹੀਂ। ਅੱਗੋਂ ਸਾਨੂੰ ਪੁਲਿਸ ਵਾਲੇ ਆਏ ਨੇ ਥਾਣੇ ਦੋ, ਅਤੇ ਉਹ ਕਹਿੰਦੇ ਜੀ ਰਾਤ ਨੂੰ, ਕਹਿੰਦੇ ਜੀ ਤੁਸੀਂ ਚੌਂਕੀਦਾਰ ਕਿਉਂ ਨਹੀਂ ਰੱਖਿਆ, ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਵੀ ਹੈਗੀ ਹੈ। 20-25 ਮੋਬਾਈਲ ਸੀ ਘੱਟੋ ਘੱਟ ਜਿਹੜੇ ਅਸੀਂ ਲਿਖੀ ਜਾਂਦੇ ਕਿ ਸਾਨੂੰ ਪਤਾ ਹੈ ਕਿ ਆਹ ਵੀ ਮੋਬਾਈਲ ਹੈਗਾ ਸੀ, ਆਹ ਵੀ ਮੋਬਾਈਲ ਹੈਗਾ ਸੀ, ਆਹ ਵੀ ਮੋਬਾਈਲ ਹੈਗਾ ਸੀ, ਤਕਰੀਬਨ ਕੋਈ ਜਿਹਦੇ 'ਚ 7-8 ਆਈਫੋਨ ਨੇ, ਠੀਕ ਹੈ ਜੀ, ਸੈਮਸੰਗ ਦੇ ਨੋਟ ਸੀਰੀਜ਼ ਦੇ ਫੋਨ ਹੈਗੇ ਨੇ। ਦੁਕਾਨਦਾਰਾਂ ਨੂੰ ਵੀ ਅਪੀਲ ਕਰਦਾ ਕੋਈ ਮੋਬਾਈਲ ਵੇਚਣ ਆਵੇ ਤੇ ਪਲੀਜ਼ ਉਹਨੂੰ ਨਾ ਖੁੱਲਿਆ ਜਾਵੇ ਲੋਕ ਨੂੰ। ਤਕਰੀਬਨ ਕੋਈ 10 ਸਾਲ ਹੋ ਗਈ ਹੈ। ਹਾਂਜੀ ਹਾਂਜੀ, CCTV ਵੀ ਆਈ ਹੈ ਜੀ ਸਭ। ਕੀ ਹੋਇਆ ਉਹਦੇ 'ਚ? ਕੀ ਉਹਦੇ 'ਚ ਵੇਖਿਆ ਜੀ, ਤਿੰਨ ਚੋਰ ਆਏ ਨੇ ਮੋਟਰਸਾਈਕਲ ਦੇ ਉੱਤੇ, ਇੱਕ ਦਾ ਮੂੰਹ ਬੰਨਿਆ, ਇੱਕ ਨੇ ਟੋਪੀ ਲਿੱਤੀ ਹੈ, ਦੋਵਾਂ ਦੇ ਮੂੰਹ ਖੋਲ੍ਹੇ ਨੇ, ਇੱਕ ਕੋਲ ਪਿਸਟਲ ਵੀ ਹੈਗੀ ਹੈ, ਠੀਕ ਹੈ ਜੀ। ਉਹਨਾਂ ਨੇ ਪਹਿਲੇ ਸ਼ਟਰ ਤੋੜਿਆ, ਸ਼ਟਰ ਤੋੜਨ ਤੋਂ ਬਾਅਦ ਸਾਡੇ ਕੱਚ ਵਾਲਾ ਗੇਟ ਲੱਗਿਆ, ਉਹ ਉਹਨਾਂ ਨੇ ਇੱਟ ਮਾਰ ਕੇ ਤੋੜਿਆ, ਤੋੜ ਕੇ ਉਹਨਾਂ ਦੇ ਇੱਕ ਚੋਰ ਦੇ ਸੱਟ ਵੀ ਲੱਗੀ ਹੈ, ਠੀਕ ਹੈ ਜੀ। ਉਹਦਾ ਖੂਨ ਸਾਰਾ ਇੱਥੇ ਪਿਆ, ਪੈਰ 'ਤੇ ਸੱਟ ਲੱਗੀ, ਉਹਦੇ ਖੂਨ ਸਾਰਾ ਸਾਡੇ ਵਗਿਆ ਪਿਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਇੱਥੇ ਜਿੰਨੇ ਬੰਦੇ ਮੋਬਾਈਲ 'ਤੇ ਕੈਸ਼ ਪਿਆ ਸੀ, ਉਹ ਕੈਸ਼ 'ਤੇ ਮੋਬਾਈਲ ਲੈ ਗਏ ਨੇ, ਅਤੇ ਮੁਹੱਲੇ ਵਾਲਿਆਂ ਜਦੋਂ ਪਿੱਛੇ ਭੱਜੇ ਨੇ, ਵੇਖਿਆ ਕਿ ਚੋਰੀ ਹੋ ਗਈ ਹੈ, ਅਤੇ ਉਹਨਾਂ ਨੇ ਪਿਸਟਲ ਕੱਢੀ ਹੈ ਜਿਹਦੇ ਕਿ ਜੋ ਕਿ CCTV ਕੈਮਰੇ ਦੇ ਵਿੱਚ ਆਇਆ। ਕਿੰਨੇ ਮੋਬਾਈਲ ਫੋਨ ਚੋਰੀ ਹੋਏ? ਲਗਭਗ ਜੀ 25 ਮੋਬਾਈਲ, 20-25 ਮੋਬਾਈਲ, ਜਿਹਦੇ 'ਚ ਆਈਫੋਨ ਅਤੇ ਆਪਣਾ ਸੈਮਸੰਗ ਨੋਟ 10 ਵਗੈਰਾ ਅਤੇ ਨੋਟ 20, ਇੱਦਾਂ ਦੇ ਫੋਨ ਜਿਹੜੇ ਮਹਿੰਗੇ ਹੁੰਦੇ ਆ। ਆਈਫੋਨ 12 ਲੈਂਗੇ 70-80 ਹਜ਼ਾਰ ਸੀ।
ਇੱਥੇ ਚੋਰੀ ਹੋਈ ਹੈ, ਚੋਰੀ ਦਿਨ ਪ੍ਰਤੀ ਦਿਨ ਵੱਧ ਰਹੀਆਂ ਵਾ, ਕੋਈ ਰੋਕ ਟੋਕ ਨਹੀਂ ਹੁੰਦੀ ਹੈਗੀ, ਸ਼ਰੇਆਮ ਚੋਰੀਆਂ ਹੋ ਰਹੀਆਂ, ਬਹੁਤ ਲੁੱਟ ਖੋਈ। ਮਸਾਂ ਉਹਨੇ ਦੁਕਾਨ ਤੇ ਇੰਨਾ ਸਮਾਨ ਪਾਇਆ, ਇੰਨੀ ਮਿਹਨਤ ਕਰਦਾ ਰਿਹਾ, ਮਿਹਨਤ ਕਰਨ ਦਾ ਫਾਇਦਾ ਕੀ ਹੈਗਾ? ਜਦੋਂ ਸ਼ਾਮੀ ਦਾ ਦੁਕਾਨ ਬੰਦ ਕਰਨ ਤੇ ਜਾਓ, 11 ਵਜੇ ਚੋਰੀ ਹੋ ਗਈ ਹੈ, ਕੋਈ ਕਾਰਵਾਈ ਨਹੀਂ ਹੋ ਰਹੀ, ਸ਼ਰੇਆਮ ਚੋਰੀਆਂ ਹੋ ਰਹੀਆਂ। ਫਿਰੋਜ਼ਪੁਰ ਦੇ ਵਿੱਚ ਬਹੁਤ ਜ਼ਿਆਦਾ ਬੁਰੇ ਹਾਲ ਹੋ ਗਏ ਨੇ। ਮੋਬਾਈਲ ਚੋਰੀ ਹੋਏ ਇੱਥੇ, ਮੋਬਾਈਲ ਚੋਰੀ ਹੋਏ ਨੇ ਜੀ। ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਹਾਂ ਕਿ ਹਰ ਚੌਂਕ ਦੇ ਵਿੱਚ ਜਿਹੜੇ ਬਿਨਾ ਨੰਬਰ ਪਲੇਟਾਂ ਦੇ ਮੋਟਰਸਾਈਕਲ ਹੈਗੇ ਨੇ, ਪਹਿਲਾਂ ਉਹ ਫੜੇ ਜਾਣ, ਤੇ ਪੰਜਾਬ ਪੁਲਿਸ ਦੇ ਹਰ ਚੌਂਕ ਦੇ ਵਿੱਚ ਨਾਕੇ ਲੱਗੇ ਹੋਣ, ਤੇ ਜਿੰਨੇ ਵੀ ਬਿਨਾ ਮੂੰਹ ਦੇ ਰੁਮਾਲ ਬੰਨੇ ਹੁੰਦੇ ਪਹਿਲਾਂ ਉਹਨਾਂ ਨੂੰ ਹੀ ਫੜਿਆ ਜਾਵੇ, ਕਿਉਂਕਿ ਤਾਂ ਹੀ ਠੱਲ ਪੈ ਸਕਦੀ ਹੈ, ਜਾਂ ਪਬਲਿਕ ਦੇ ਹੱਥ ਦੇ ਵਿੱਚ ਪ੍ਰਸ਼ਾਸਨ ਸਾਨੂੰ ਦੇਵੇ ਕਿ ਪਬਲਿਕ ਚਾਹੇ ਕਿ ਜੋ ਮਰਜ਼ੀ ਚੋਰ ਫੜੀਏ ਕਰੀਏ, ਪੁਲਿਸ ਕੋਲ ਜੇ ਨਹੀਂ ਹੁੰਦਾ ਕਿ ਪਬਲਿਕ ਅੱਜ ਪੂਰੀ ਕਾਰਵਾਈ ਦਿੱਤੀ ਜਾਵੇ ਕਿ ਅਸੀਂ ਆਪੇ ਕਰੀਏ। ਕਮਿਊਨੀਕੇਸ਼ਨ ਜਿਹੜਾ ਮੋਬਾਈਲ ਦਾ, ਇਹ ਬੇਟਾ ਦਾ ਦੁਕਾਨ ਕਰਦਾ ਔਰ ਇਹ ਫੋਨ ਤੋਂ ਪੇਮੈਂਟ ਵਗੈਰਾ ਵੀ ਅੱਗੇ ਭੇਜਦਾ, ਜਿਸ ਕਰਕੇ ਇਹਦੇ ਤਕਰੀਬਨ 70,000 ਰੁਪਈਆ ਜਿਹੜਾ ਇਹਦਾ ਚੋਰੀ ਹੋਇਆ ਦੁਕਾਨ ਤੇ ਮੋਬਾਈਲ ਕਾਫੀ ਚੋਰੀ ਹੋ ਗਏ ਨੇ, 30-35। ਅਸੀਂ FIR ਦਰਜ ਕਰਕੇ ਜਲਦੀ ਅਸੀਂ ਚੋਰਾਂ ਨੂੰ ਪਕੜਨ ਦੇ ਵਿੱਚ ਕਾਮਯਾਬ ਹੋਵਾਂਗੇ। ਉਹ ਵੀ ਦੇਖੋ ਜਦੋਂ ਉਹਨਾਂ ਨੂੰ ਫੜ ਲਿਆ ਜਾਂ ਪਿਸਟਲ ਹੋਣਗੇ ਤਾਂ ਉਹ ਵੀ ਰਿਕਵਰ ਕੀਤੇ ਜਾਣ। ਮਾਮਲਾ ਦਰਜ ਕਰਕੇ ਜੋ ਅਸੀਂ ਤਕਨੀਕੀ ਤੌਰ ਤੇ ਵੀ ਹਰ ਤਰੀਕੇ ਨਾਲ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ।